बहुत ज्यादा बड़ी गिनती दे विच नौजवान पीड़ित इत्थे पहुंच चुके ने। लवप्रीत बया सी खुडी कलां ते तुसी भी खुडी कलां बया सी, चाचे ताई ने कुड़ियां, दोने चाचे ताई ने कुड़ियां ने थोड़े नाल बया सी। दूजी कुड़ी दा की नाम सी? शरणदीप कौर सी। ਉਹਨੇ ਵੀ ਆਈ ਸੀ ਕੇਸ, ਉਹਨੇ ਪੈਸੇ ਸੁੱਥ ਲਵਾਏ ਸੀ? ਹਾਂਜੀ, ਸਾਰੇ ਰੁਪਏ ਮੇਰੇ ਲੱਗੇ। ਕੈਨੇਡਾ ਗਈ ਸੀ? ਹਾਂਜੀ, ਕੈਨੇਡਾ ਗਈ ਸੀ। ਫਿਰ ਕੀ ਹੋਇਆ, ਕਿਵੇਂ ਗੱਲਬਾਤ ਬੰਦ ਹੋ ਗਈ? 2 ਮਹੀਨੇ ਹੋ ਗਏ ਗੱਲਬਾਤ ਕੀਤੀ ਜੀ। ਹਾਂ, ਮੁੜ ਕੇ ਜਿਵੇਂ ਲਵਪ੍ਰੀਤ ਘਰ ਵਾਲੇ ਨੇ ਉਧਰ ਜਾ ਕੇ ਆਪਦੀ ਫਰੈਂਡਸ਼ਿਪ ਹੋਰ ਕਰ ਲਈ। 2 ਮਹੀਨੇ ਕੀਤੀ ਸੀ। ਪਤਾ ਤੁਹਾਨੂੰ ਪ੍ਰੂਫ ਹੈ? ਸਾਰੇ ਪ੍ਰੂਫ ਉਹਨੇ ਫੋਟੋਆਂ ਨੇ ਤੇ ਉਹ ਮੁੰਡਾ ਮਤਲਬ ਮੇਰੇ ਸਹੁਰੇ ਪਰਿਵਾਰਾਂ ਦੇ ਖਾਤੇ 'ਚ ਰੁਪਏ ਭੇਜਦਾ ਰਿਹਾ ਗਿਆ ਜੀ, ਉਹਦੀ ਵੀ ਪਈਆਂ ਨੇ ਪ੍ਰੂਫ ਪਾਇਆ ਜੀ। ਅੱਛਾ, ਤੂੰ ਰੱਖੀ ਕੋਲੇ ਆਪਾਂ ਮੈਡਮ ਨੂੰ ਮਨੀਸ਼ਾ ਗਲਾਟੀ ਨੂੰ ਦਿਖਾਵਾਂਗੇ। ਆਹ ਦੇਖੋ ਜੀ, ਉਸੇ ਪਿੰਡ ਦੀ ਉਹਦੇ ਚਾਚੇ ਦਾਈ ਦੀ ਕੁੜੀ ਬਾਈ ਕਹਿ ਰਿਹਾ ਹੈ ਤੇ ਉਹਨੇ ਤਾਂ ਵਿਚਾਰੇ ਨੇ ਜਾਣ ਦੇ ਦਿੱਤੀ, ਤੂੰ ਨਾ ਇਹ ਜਿਹਾ ਕੰਮ ਕਰੀ। ਹੋਰ ਇੱਥੇ ਬਾਈ ਕਿਹੜਾ ਆਇਆ ਸੀ ਮਗਰੋਂ ਯਾਰ? ਬਾਈ ਨੂੰ ਜਦੋਂ ਮੈਂ ਗਿਆ ਸੀ ਸਵੀਰੇ ਵਰਗਿਆਂ ਕੋਲੇ ਗਹਿਲਾ ਪਿੰਡ 'ਚ, ਮੈਂ ਆਪਦਾ ਕੰਮ ਐਗਰੀਕਲਚਰ ਖੇਤੀਬਾੜੀ 'ਚ ਕੰਮ ਕਰਦਾ ਸੀ। ਇਸ ਪਰਿਵਾਰ ਨਾਲ ਮੇਰੀ ਜਾਣ ਪਹਿਚਾਣ ਹੋਈ, ਮੈਂ ਇਹਨਾਂ ਨੂੰ ਪੁੱਛਿਆ ਬਾਈ ਕੀ ਹਾਲ ਚਾਲ ਆ, ਪਰ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ। ਮੈਂ ਬਾਈ ਰਾਜੂ ਦਾ ਨੰਬਰ ਦਿੱਤਾ ਬੱਲੋ ਦਾ, ਮੈਂ ਬਾਈ ਜੀ ਉਹ ਬੰਦੇ ਨਾਲ ਕੰਟੈਕਟ ਕਰੋ, ਠੀਕ ਹੈ, ਆਪਣਾ ਭਰਾ ਹੈਗਾ ਉਹਨੇ ਇਸ ਮਸਲੇ 'ਚ, ਠੀਕ ਹੈ, ਹੁਣ ਆਵਾਜ਼ ਉਠਾਈ ਹੋਈ ਹੈਗੀ, ਇਸ ਮਸਲੇ ਦਾ ਕੋਈ ਨਾ ਕੋਈ ਹੱਲ ਲੱਭਾਂਗਾ। ਹੱਲ ਹੋਣਾ ਚਾਹੀਦਾ ਬਾਈ, ਰਿਵਾਜ ਹੀ ਬਣ ਗਿਆ ਯਾਰ। ਆ ਦੇਖੋ ਇੱਥੇ ਕਿੰਨੀ ਵੱਡੀ ਗਿਣਤੀ, ਹਲੇ ਇੰਨੇ ਮੁੰਡੇ ਪਰਲੇ ਪਾਰਕ 'ਚ ਖੜੇ ਜਿਹੜੇ ਇੱਥੇ ਆ ਰਹੇ ਆ। ਆ ਬਾਈ ਤੁਸੀਂ ਕਿੱਥੋਂ ਆਏ ਹੋ? ਮੈਂ ਵੀਰੇ ਰਾਣਾ ਸਾਹਿਬ ਕੋਲੋਂ ਬੂਸਾ ਪਿੰਡ ਆ ਮੇਰਾ। ਤੁਹਾਡਾ ਵੀ ਇਹੀ ਕੰਮ ਹੋਇਆ? ਹਾਂਜੀ, ਮੇਰੇ 9 ਸਾਲ ਹੋ ਗਏ ਮੇਰੇ ਨਾਲ ਚੱਲਦੇ ਨੂੰ। ਅੱਛਾ, ਮੇਰੇ ਤੇ ਕਦੇ ਝੂਠੇ ਪਰਚੇ ਪਵਾ ਦਿੰਦੇ ਸੀਗੇ, ਹਨਾ, ਕਦੇ ਕੁਛ ਕਰਾ ਦਿੰਦੇ ਸੀਗੇ, ਕਦੇ ਕਹਿੰਦੇ ਸੀ ਸਾਡੀ ਕੁੜੀ ਮਰ ਗਈ। ਈਵਨ ਕਿ ਉਹਨਾਂ ਦੀ ਕੁੜੀ ਨੇ ਐਸਐਸਪੀ ਸਾਹਿਬ ਨਾਲ ਖੁਦ ਬਾਅਦ 'ਚੋਂ ਗੱਲ ਕੀਤੀ ਆ। ਨਹੀਂ, ਕਿੰਨੇ ਪੈਸੇ ਲੱਗੇ ਤੇਰੇ? ਮੇਰੇ ਵੀਰੇ 27 ਲੱਖ ਰੁਪਇਆ ਲੱਗ ਗਿਆ ਸੀਗਾ। ਅੱਛਾ, ਕੁਛ ਨਹੀਂ ਉਹ ਹੱਥ ਪੱਲੇ ਆਇਆ? 12.5 ਲੱਖ ਰੁਪਇਆ ਆਇਆ, 50-50 ਹਜ਼ਾਰ ਰੁਪਏ ਕਰਕੇ ਦਿੱਤੇ ਆ ਵੀਰੇ ਉਹਨਾਂ ਨੇ ਹਜੇ ਤੱਕ। ਪਰ ਹੁਣ ਜੱਜ ਸਾਹਿਬ ਕੋਲ। ਕਿੱਥੋਂ ਦੀ ਕੁੜੀ? ਚੱਕ ਸ਼ੇਖੂਪੁਰਾ ਦੀ। ਬਸ ਲੁਧਿਆਣੇ ਜ਼ਿਲ੍ਹੇ 'ਚ ਜ਼ਿਆਦਾ ਮਾਮਲੇ ਆਏ, ਲੁਧਿਆਣੇ ਤੋਂ ਬਹੁਤ ਬਾਈ ਪਹੁੰਚਿਆ ਤੇ ਲੈਂਡ ਤੋਂ ਆ ਗਿਆ। ਕਰਦੇ ਆ ਗੱਲਬਾਤ ਮੋਰ, ਪਹਿਲਾਂ ਬਾਈ ਇਕੱਲੇ ਮੁੰਡੇ ਨਹੀਂ ਜੀ, ਕਈ ਕੁੜੀਆਂ ਨੇ, ਮਾਵਾਂ ਵੀ ਪਹੁੰਚੀਆਂ ਹੋਈਆਂ ਨੇ, ਕਈ ਮੁੰਡੇ ਵੀ ਇਸ ਤਰ੍ਹਾਂ ਕਰਕੇ। ਆ ਬਾਈ ਕਿਹੜਾ ਪਿੰਡ ਆ ਬਾਈ? ਬਾਈ ਕਟਾਣੀ ਗੁਰਦ ਜ਼ਿਲ੍ਹਾ ਲੁਧਿਆਣਾ। ਲੁਧਿਆਣਾ ਤੁਸੀਂ ਕਿੱਥੋਂ? ਇੰਗਲੈਂਡ ਤੋਂ ਆਏ ਹੋ? ਹਾਂ ਵੀਰੇ, ਇੰਗਲੈਂਡ ਤੋਂ ਆਏ ਹਾਂ। ਅੱਛਾ, ਤੇ ਤੁਹਾਡੇ ਨਾਲ ਵੀ ਇਹੀ ਕੁਝ ਹੋਇਆ, ਠੱਗੀ ਧੋਖਾ? ਹਾਂ ਜੀ ਵੀਰੇ, ਇਹੀ ਕੁਝ ਹੋਇਆ, ਸੇਮ ਆ। ਕਿੱਥੋਂ ਦੀ ਕੁੜੀ ਸੀ? ਕੁੜੀ ਕਪੂਰਗੜ੍ਹ ਦੀ ਆ ਵੀਰੇ। ਹਾਂ, ਅਮਲੋਹ ਕੋਲੇ ਪੈ ਜਾਂਦਾ ਪਿੰਡ। ਹਾਂ, ਤੇ ਮੈਂ ਪੈਸੇ ਲਾ ਕੇ ਬਾਹਰ ਭੇਜੀ ਆ। ਮੈਂ ਬਾਹਰ ਸੀ, ਇੰਗਲੈਂਡ ਸੀ। ਹਾਂ, ਇਹਦਾ ਓਰੀਜਨਲ ਵਿਆਹ ਹੋਇਆ, ਪੱਕਾ ਵਿਆਹ ਸੀ। ਹਾਂ, ਤੇ ਬੇਈਮਾਨ ਹੋ ਗਈ ਜਾ ਕੇ। ਹਾਂ, ਤੇ ਮੈਂ ਕਿਸੇ ਕੋਲ ਹਜੇ ਤੱਕ ਕੋਈ ਕੇਸ ਨਹੀਂ ਕੀਤਾ। ਉਹਦਾ ਪਿਓ ਮੈਨੂੰ ਲਾੜੇ ਲੱਪਿਆਂ 'ਚ ਰੱਖ ਰਿਹਾ, ਮੈਂ ਵੇਟਿੰਗ 'ਚ ਆ। 6 ਸਾਲ ਹੋ ਗਏ ਵੇਟ ਕਰਦੇ ਨੂੰ। ਪੰਚਾਇਤ ਦੇ ਵਿੱਚ ਵੀ ਉਹਨੇ ਇਹੀ ਗੱਲ ਕਹੀ ਆ, ਕੁੜੀ ਆਊਗੀ, ਕਟਾਣੀ ਆਊਗੀ, ਮੇਰੇ ਮੂੰਹ ਤੇ ਦਾੜੀ ਆ, ਮੈਂ ਗੁਰਸਿੱਖ ਪਰਿਵਾਰ ਆ, ਵੀ ਸਾਡੀ ਵੀ ਇੱਜ਼ਤ ਆ। ਪਰ ਬਾਈ ਮੈਂ ਵੇਟ ਕਰੀ ਜਾਂਦਾ, ਅੱਜ ਉਹਨੇ ਝੱਗਾ ਚੱਕ ਦਿੱਤਾ ਪਿਓ ਨੇ। ਕੀ ਕਹਿੰਦਾ? ਅੱਜ ਕਹਿੰਦਾ ਸਾਡੀ ਕੁੜੀ ਦਾ ਜਵਾਬ ਆ। ਪੈਸੇ ਜਿੰਨੇ ਲਾਏ ਸੀ ਆਪਾਂ? ਬਾਈ ਪੈਸੇ ਲਾਏ ਸੀਗੇ 2 ਲੱਖ ਵਾਲਾ ਸੋਨਾ 6 ਲੱਖ 'ਚ ਕੱਟ ਗਿਆ, 50 ਹਜ਼ਾਰ ਵਾਲਾ ਪੈਲਸ ਸੀ ਉਹਦਾ 5 ਲੱਖ ਰੁਪਇਆ ਕੱਟ ਗਿਆ, ਸਾਰੇ ਹੀ ਪੈਸੇ ਕੱਟ ਗਿਆ, ਉਹ ਆਪਣੇ ਆਪ ਸੇਫ ਹੋ ਗਿਆ, ਕੁੜੀ ਬਾਹਰ ਭੇਜਤੀ। ਜਾਣੀ ਮੈਂ ਇੱਥੇ ਬੇਰੁਜ਼ਗਾਰ ਆ। ਲੋਕ ਤਾਂ ਕਹਿੰਦੇ ਆ ਨਾ ਮੁੰਡੇ ਅਨਪੜ੍ਹ ਨੇ, ਮੁੰਡਿਆਂ ਨੂੰ ਪੜ੍ਹਨਾ ਨਹੀਂ ਆਉਂਦਾ, ਮੁੰਡੇ ਬਾਹਰ ਜਾਣ ਦੇ ਲਾਲਚ ਦੇ ਵਿੱਚ ਵਿਆਹ ਕਰਾਉਂਦੇ ਆ ਨਾ। ਮੈਂ ਤਾਂ ਬਾਹਰੋਂ ਆਇਆ, ਮੈਂ 8:30 ਦਾ ਗਿਆ ਹੋਇਆ ਬਾਹਰ। ਆ ਦੇਖੋ ਜੀ, ਜਿਹੜੀ ਉਹ ਮੈਡਮ ਕਹਿ ਰਹੀ ਸੀਗੀ ਮੁੰਡੇ ਫੋਨ ਕਰਦੇ ਆ, ਕੁੜੀਆਂ ਨੂੰ ਤੰਗ ਕਰਦੇ ਆ, ਆਹ ਬਾਈ ਆਪ ਖੁਦ ਇੰਗਲੈਂਡ ਸੀ, ਇਹ ਕਿਹੜਾ ਤੰਗ ਕਰਦਾ ਹੋਊਗਾ, ਹਨਾ? ਬਾਕੀ ਜਿੱਥੋਂ ਤੱਕ ਚੁੱਪ ਦੀ ਗੱਲ, ਹੁਣ ਤੱਕ ਕਿੰਨੇ ਸਾਲ ਹੋ ਗਏ ਚੁੱਪ ਹੀ ਸੀ ਬਾਈ ਤੂੰ? 6 ਸਾਲ ਹੋ ਗਏ ਚੁੱਪ ਆ ਬਾਈ, ਅੱਜ ਸੁਲਝਦੀ ਆ, ਕੱਲ੍ਹ ਸੁਲਝਦੀ ਆ, ਕੋਈ ਸੋਚੂਗਾ ਮੇਰੇ ਬਾਰੇ, ਖਬਰਾਂ ਆ ਜਾਵੇ ਜਾਂ ਮੇਰੇ ਪੈਸੇ ਦੇ ਦੇਣ। ਐਂਡ ਤੇ ਆ ਕੇ ਬਾਈ ਅੱਜ ਸਾਹਮਣੇ ਆਇਆ, ਮੈਨੂੰ ਕੋਈ ਉਮੀਦ ਜਾਗੀ ਆ ਬਈ ਹਾਂ ਕੋਈ ਇਨਸਾਫ਼ ਹੋਊਗਾ, ਕੋਈ ਸੁਣੂਗਾ, ਮੇਰੀ ਵੀ ਸੁਣੂਗਾ। ਬਿਲਕੁਲ ਬਾਈ, ਆਵਾਜ਼ ਉੱਠੀ ਆ ਤਾਂ ਜ਼ਰੂਰ ਸੁਣਿਆ ਜਾਊਗਾ। ਅੱਛਾ, ਇਹਨੇ 5.5 ਲੱਖ ਦੇ ਸਵਾ 5 ਲੱਖ ਦੇ ਨਿਬੜ ਗਿਆ ਸੀਗਾ ਇਹਦਾ। ਅੱਛਾ, ਤੇ ਉਹ ਇਹ ਕਹਿੰਦੇ ਵੀ ਪੈਸੇ ਪਹਿਲਾਂ ਦੇ ਦਿਓ ਸਾਨੂੰ, ਵੀ ਬਾਅਦ 'ਚ ਸਾਈਨ ਕਰਾਂਗੇ। ਬਸ ਇਹਨਾਂ ਦਾ ਇੱਥੇ ਹੀ ਰੌਲਾ ਠੱਪ ਹੋ ਗਿਆ, ਉਹ ਪੈਸੇ ਨਹੀਂ ਦਿੰਦੇ ਜੇ, ਉਹ ਪੈਸੇ ਦੇ ਦੇਣ, ਇਹ ਕਹਿੰਦਾ ਮੇਰਾ ਤਲਾਕ ਹੋ ਜਾਵੇ, ਮੇਰਾ ਖੜਾ ਛੁੱਟ ਜਾਊਗਾ। ਸਭ ਦੀ ਇਹੀ ਕਹਾਣੀ ਆ ਬਾਈ। ਆਹ ਦੇਖੋ ਕਿੰਨੇ ਮੁੰਡੇ, ਚਲ ਧੰਨਵਾਦ ਮੀਡੀਆ ਦਾ, ਮੀਡੀਆ ਵੀ ਪਹੁੰਚਿਆ ਹੋਇਆ ਤੇ ਇੱਥੇ ਬਾਈ ਵਿੱਚ ਤਾਂ ਕੁੜੀਆਂ ਜਿਵੇਂ ਆਪਾਂ ਕਹਿੰਦੇ ਆ ਸਾਰੇ ਕੇਸ ਆਏ ਆ ਵੀ ਬਾਹਰ ਜਾ ਕੇ ਬਦਲ ਜਾਂਦੀਆਂ ਨੇ, ਸਾਨੂੰ ਇੱਥੇ ਬਦਲੀ ਹੋਈ ਕੁੜੀ ਦੀ ਕਹਾਣੀ ਵੀ ਦਿਖਾਉਣੀ ਆ। ਆ ਬਾਈ ਕੀ ਨਾਮ ਹੈ ਤੇਰਾ? ਜਗਵਿੰਦਰ ਸਿੰਘ ਬਾਈ। ਕਿਹੜਾ ਪਿੰਡ ਹੈ? ਚੀਮਾ ਵੀਰੇ। ਆਹ ਬਰਨਾਲੇ ਕੋਲ ਚੀਮਾ ਜਿਹੜਾ? ਬਰਨਾਲੇ ਕੋਲ ਚੀਮਾ। ਕੀ ਕਹਾਣੀ ਹੈ ਤੇਰੀ, ਕਿੱਥੇ ਵਿਆਹ ਸੀ ਤੂੰ? ਬਾਈ ਮੈਂ ਸੀਨੀ ਵਾਲਾ ਕਲਾਂ ਵਿਆਹ ਹੋਇਆ ਸੀ। ਕਿਵੇਂ ਗੱਲ ਹੋਈ ਸੀ? ਸਾਰੇ ਪੈਸੇ ਤੁਸੀਂ ਲਾਉਣੇ ਸੀ? ਸਾਰੇ ਪੈਸੇ ਅਸੀਂ ਲਾਉਣੇ ਸੀ। ਮੈਂ ਆਪਦੇ ਘਰ ਆਏ ਦੀ 9,20,000 ਫੀਸ ਭਰੀ। ਉੱਚੀ ਬੋਲ। ਰਿਜੈਕਸ਼ਨ ਹੋ ਗਈ, ਰਿਜੈਕਟ ਆ ਗਏ, ਉਹ ਚ 70,000 ਰੁਪਇਆ ਫੀਸ ਕੱਟ ਗਈ। ਇਸ ਤੋਂ ਇਲਾਵਾ ਜਿਹੜਾ GI ਸੀ ਉਹਨੇ 2018 ਚ 5.5 ਪਿੰਡਾਂ ਤੇ ਫਾਈਲ ਲਾਈ ਹੋਈ ਸੀ, ਉਹ ਰਿਜੈਕਸ਼ਨ ਹੋ ਗਈ। ਉਹ ਸਾਡੇ ਤੋਂ ਝੂਠ ਬੋਲਿਆ ਸੀ, ਕਹਿੰਦੇ ਕੋਈ ਲੱਗੀ ਨੀ ਸਾਨੂੰ 6CE ਵਾਲੀ ਬੈਂਡ ਵਾਲੀ ਫਾਈਲ ਦਿਖਾ ਦੀ, ਉਹਨਾਂ ਝੂਠ ਬੋਲਿਆ। ਫਿਰ ਇਸ ਤੋਂ ਬਾਅਦ ਸਾਥੋਂ ਜਿਹੜਾ 5,80,000 ਸੀ ਉਹ ਸਾਥੋਂ ਨਗਦ ਘਰੇ ਪੈਸੇ ਫੜ ਲਿਆ ਵਿਚੋਲਾ, ਤੇ ਸਾਡੇ ਪਿੰਡ ਦੇ 2 ਗਵਾ। ਇਸ ਤੋਂ ਇਲਾਵਾ ਮੇਰੇ ਫਿਰ ਫਰਵਰੀ ਅਸੀਂ 2020 ਚ ਫਾਈਲ ਲਾਈ,
ਫਿਰ ਰਿਜੈਕਸ਼ਨ ਆ ਗਈ। ਇਸ ਤੋਂ ਬਾਅਦ ਲੌਕਡਾਊਨ ਆ ਗਿਆ। ਇਸ ਤੋਂ ਬਾਅਦ ਆਈਲੈਟਸ ਤੁਸੀਂ ਆਪ ਕਰਾਈ ਸੀ? ਹਾਂ, ਇੱਕ ਵਾਰੀ ਵਿਆਹ ਤੋਂ ਬਾਅਦ ਆਈਲੈਟਸ ਕਰਾਈ। ਵਿਆਹ ਤੋਂ ਬਾਅਦ ਵੀ ਨਹੀਂ? ਹੁਣ ਕੁੜੀ ਕਿੱਥੇ ਰਹਿ ਰਹੀ ਆ? ਹੁਣ ਆਪਦੇ ਸੀਨੀਅਰ ਘਰੇ ਤਾਂ ਰਹਿ ਸਕਦੇ ਯਾਰ, ਤੁਹਾਡਾ ਓਰੀਜਨਲ ਵਿਆਹ ਹੋਇਆ। ਹਾਂ ਜੀ, ਘਰੇ ਤਾਂ ਹੁਣ 6 ਲੱਖ ਰੁਪਈਆ ਉਹ ਕਹਿੰਦੇ ਤੁਸੀਂ ਕਢਵਾ ਲਓ। ਤੁਸੀਂ ਕੋਈ ਕਰੀ ਨਹੀਂ ਪੰਚਾਇਤ ਪੰਚਾਇਤ ਕੋਈ ਗੱਲਬਾਤ? ਬਹੁਤ ਕੁਛ ਕੀਤਾ ਸੀ ਪੰਚਾਇਤ ਨੂੰ, ਆਖਿਆ ਉਹਨੇ, ਅਸੀਂ ਆਖਿਆ ਸਾਡੇ ਘਰੇ ਵਸਾ ਦਿਓ ਕੁੜੀ ਨੂੰ, ਅਸੀਂ ਆਖਿਆ ਜੇ ਤੁਹਾਨੂੰ, ਅਸੀਂ ਆਖਿਆ ਦੁਬਾਰਾ ਪੈਸੇ ਲਾਉਣ ਨੂੰ ਤਿਆਰ ਆ ਜੀ। ਵਿਆਹ ਤੋਂ 2 ਦਿਨ ਪਹਿਲਾਂ ਰਫੂਜ ਆ ਜੀ। ਕੋਈ ਨਾ, ਕਰ ਲਓ ਸੈਟਿੰਗ ਯਾਰ ਤੁਸੀਂ। ਆ ਬਾਈ ਸਾਰੇ ਪੇਪਰ ਲਈ ਫਿਰਦੇ ਤਾਂ ਪਿੰਡ ਤਾਂ ਦਿਖਾਉਂਦੇ, ਉੱਥੇ ਦਿਖਾ ਦਿਓ ਵੀਰੇ। ਸਾਡੇ ਨਾਲ ਜਾਣ ਬੁੱਝ ਕੇ ਠੱਗੀ ਮਾਰੀ, ਇੱਕ ਦਿਨ ਦੇਖਣ ਆਉਂਦਾ। ਦੇਖੋ ਬਾਹਰ ਜਾ ਕੇ ਬਦਲਣਾ, ਇੱਥੇ ਵੀ ਬਦਲਣਾ, ਮੇਰੇ ਨਾਲ ਦੇਖਣ ਆਉਂਦਾ ਮੇਰੇ ਬੇਟੇ ਨੂੰ, ਉਦੀ ਫਿੱਟ ਕਰਦਾ ਕਿ ਉਹ ਠੱਗੀ ਦਾ ਧਾਰਾ ਸੀ, ਧਾਰਾ ਦਾ ਉਹਦਾ ਵੀ ਠੱਗੀ ਮਾਰ। ਵਿਚੋਲਾ ਕੌਣ ਸੀ? ਵਿਚੋਲਾ ਰਹਿ ਸਕਦਾ ਕਰਮਜੀਤ ਸਿੰਘ, ਉਹ ਮੇਰੇ ਨਾਲ ਖੜਾ ਗਾ ਸੱਚਾਈ ਤੇ। ਜੇ ਕੋਈ ਸਾਡੀ ਗਲਤੀ ਆ ਤਾਂ ਸਾਨੂੰ ਸਜ਼ਾ ਦੇਵੇ, ਪੁਲਿਸ ਦੇਵੇ, ਕੋਈ ਪ੍ਰਸ਼ਾਸਨ। ਕੋਈ ਨਾ, ਤੁਸੀਂ ਮੈਡਮ ਨੂੰ ਮਿਲੋ, ਮਨੀਜਾ ਗਲਾਟੀ ਨੂੰ। ਆਹ ਦੇਖੋ ਜੀ, ਬਹੁਤ ਬੁਰਾ ਹਾਲ ਹੈ। ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਆ ਪੀੜਿਤ। ਬਾਈ ਹੋਰ ਕੋਈ ਹੈਗਾ? ਬਾਈ ਮੰਗ ਪੱਤਰ ਬਣਾ ਰਹੇ ਆ ਬਾਈ, ਤੇ ਮਨੀਜਾ ਗਲਾਟੀ ਨੂੰ ਮੈਡਮ ਨੂੰ ਮਿਲਣਗੇ, ਚਾਹੇ ਕੋਈ ਉੱਥੇ ਟਾਈਮ ਦੇਵੇ ਜਿਵੇਂ ਵੀ ਹੋਊਗਾ। ਤੇ ਭੈੜਾ ਹੋਇਆ ਪਿਆ ਕੰਮ, ਭਰਾਵੋ ਬਚੋ ਬਚੋ ਬਚੋ। ਇਹ ਸਾਰਾ ਜੀਤ ਰੋਡ ਤੇ ਬੇੜਾ ਬੈਠਾ ਵਾ, ਇਹ ਸਾਰਾ ਜੀਤ ਰੋਡ ਤੇ ਹੁੰਦਿਆ ਕਾਂਡ। ਆ ਜੀਤ ਰੋਡ ਤੇ ਦੇਖ ਲਓ ਜੀ ਕੀ ਰਿਜ਼ਲਟ ਨਿਕਲੇ ਆ। ਮਾਣ ਤਾਂ ਹਰਜੀਤ ਰੋਡ ਤੇ ਨੀ ਹੁੰਦੀਆਂ। ਹਾਂਜੀ ਬਾਈ, ਕੀ ਨਾਮ ਹੈ ਤੁਹਾਡਾ? ਉੱਚੀ ਬੋਲ। ਪਿੰਡ ਕਿਹੜਾ? ਅੱਛਾ, ਤੇਰੇ ਨਾਲ ਵੀ ਇਹੀ ਕੁਛ ਹੋਇਆ ਜਿਹੜਾ ਦੂਜੇ ਬਾਈਆਂ ਦੀ ਕਹਾਣੀ ਆ? ਕਿੱਥੇ ਪਿਆ ਸੀ? ਪਿੰਡੀ ਬਲੋਚਾਂ ਜੀ, ਸਾਦਕ ਗੋਤ। ਸਾਦਕ ਗੰਨੀ ਤੇ ਕਿਹੜੇ ਦੇਸ ਗਈ ਹੈ ਘਰ ਵਾਲੀ? ਕੈਨੇਡਾ। ਸਰੀ ਸਰੀ ਰਹਿੰਦੀ ਆ? ਪੈਸੇ ਸਾਰੇ ਲਾਏ ਤੁਸੀਂ? ਹਾਂਜੀ ਹਾਂਜੀ। ਪੱਕਾ ਵਿਆਹ ਸੀ? ਹਾਂਜੀ ਪੱਕਾ। ਤੇ ਉੱਥੇ ਜਾ ਕੇ ਗੱਲਬਾਤ ਕਰਨ ਨੂੰ ਹਟ ਗਈ? ਗੱਲਬਾਤ ਕਰਨ ਨੂੰ ਹਟ ਗਈ ਵੀਰੇ, ਪਹਿਲਾਂ ਸਗਨ ਉਹਦਾ ਹੋਰ ਕਿਤੇ ਪਿਆ ਸੀ, ਕੱਚਾ ਸਗਨ। ਉਹਨਾਂ ਨੇ 13,40,000 ਰੁਪਇਆ ਲਾਇਆ ਸੀਗਾ, ਤੇ ਉਹ ਮੁੰਡੇ ਨੂੰ ਵੀ ਜਵਾਬ ਦੇਤਾ ਉਹਨੇ, ਕਹਿੰਦੀ ਵੀ ਮੇਰਾ ਇਹ ਮੁੰਡਾ ਨੀ ਪਸੰਦ, ਮੈਂ ਵਿਆਹ ਨੀ ਕਰਾਂਗਾ। ਫਿਰ ਮੇਰੀ ਮਾਸੀ ਦੇ ਮੁੰਡੇ ਨੇ ਸਾਡੇ ਨਾਲ ਗੱਲਬਾਤ ਕੀਤੀ, ਮੇਰੇ ਮਾਸੀ ਦੇ ਮੁੰਡੇ ਦੀ ਸਕੀ ਸਾਲੀ ਦੀ ਕੁੜੀ ਹੈ। ਅੱਛਾ, ਨਹੀਂ ਹੁਣ ਤੁਹਾਡੀ ਕੋਈ ਪੰਚਾਇਤ ਨਾਲ ਗੱਲ ਹੋਈ ਹੋਣੀ ਹੈ, ਕੋਈ ਕਰੇ ਨੀ ਸੰਪਰਕ? ਅਸੀਂ ਦਰਖਾਸਤ ਦਿੱਤੀ ਵੀ ਆਈ, ਸਾਡੀ ਪਰਚਾ ਨਹੀਂ ਹਜੇ ਹੋਇਆ। ਨਿਹਾਲ ਸਿੰਘ ਤੁਸੀਂ ਆ ਦੇਖੋ ਜੀ, ਹਰ ਇੱਕ ਬੰਦੇ ਦੀ ਸੇਮ ਕਹਾਣੀ ਆ, ਸਾਰੇ ਪੈਸੇ ਲਾ ਚੁੱਕਾ, ਜਾ ਕੇ ਫੋਨ ਕਰਨ ਨੂੰ ਤੁਹਾਨੂੰ ਹਟ ਜਾਂਦੀਆਂ, ਤੇ ਫਿਰ ਅਗਲੇ ਨੂੰ ਹੁਣ ਜਿਹੜਾ 5 ਰੁਪਈਆਂ ਦੀ ਲਾਈ ਬੈਠਣ ਤਾਂ ਡਰ ਲੱਗਣਾ ਹੀ ਆ, ਤੇ ਉਹੀ ਕੁਛ ਹੋ ਜਾਂਦਾ ਹੁੰਦਾ ਜਿਹੜਾ। ਹਾਂਜੀ ਬਾਈ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਨਾਮ ਹੈ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਤੇਰੇ ਨਾਲ ਵੀ ਇਹੀ ਕੁਛ ਹੋਇਆ? ਹਾਂਜੀ ਹਾਂਜੀ। ਅੱਛਾ, ਕਿਹੜਾ ਪਿੰਡ ਹੈ? ਮੈਂ ਜੀ ਮੌੜ ਮੰਡੀ ਤੋਂ ਆ ਜੀ। ਮੌੜ ਮੰਡੀ ਤੋਂ? ਅੱਛਾ, ਕਿੱਥੋਂ ਦੀ ਕੁੜੀ ਸੀ? ਕੁੜੀ ਮਾਨਸਾ ਸ਼ਹਿਰ ਦੀ ਹੈ ਜੀ। ਪੱਕਾ ਪਿਆ ਸੀ? ਹਾਂਜੀ, ਮੇਰਾ ਤਾਂ ਕਿੰਨੇ ਪਹਿਲਾਂ ਮੇਰੀ ਲਾਂਬੇ ਅਰਜ ਹੋਈ ਸੀਗੀ ਜੀ। ਹਾਏ ਹਾਏ, ਰਿਲੇਸ਼ਨ ਵੀ 10 ਸਾਲ ਪਹਿਲਾਂ ਸੀਗਾ ਜੀ ਕੁੜੀ ਦਾ, 2010 ਉਹ ਵੀ ਮੁੱਕਰ ਗਈ ਯਾਰ। ਹਾਂਜੀ, 2010 ਚ ਮੇਰਾ ਰਿਲੇਸ਼ਨ ਸੀ ਕੁੜੀ ਦਾ। ਰੱਬ ਹੀ ਰੱਖੇ ਇਹਨਾਂ ਨੂੰ ਤਾਂ। ਨਾ, ਕਿਵੇਂ ਕੀ ਪੈਸੇ ਸਾਰੇ ਤੂੰ ਲਾ ਕੇ ਬਾਹਰ ਭੇਜਤੀ? ਹਾਂਜੀ, ਉੱਥੇ ਜਾ ਕੇ ਕੀ ਪੈਸੇ ਲਾ ਕੇ ਬਾਹਰ ਨਹੀਂ ਗਈ ਜੀ ਕੁੜੀ, ਉਹ ਸਾਡੀ ਫਾਈਲ ਰਿਫਿਊਜ਼ਲ ਹੋ ਗਈ ਸੀ, ਜਿਹੜਾ ਪੈਸਾ ਭੇਜਿਆ ਸੀ ਬਾਹਰ ਜੀ, ਫਿਰ ਫਾਈਲ ਰਿਫਿਊਜ਼ਲ ਹੋ ਗਈ ਜੀ, ਲੌਕਡਾਊਨ ਹੋ ਗਿਆ। ਮੈਂ ਕਿਹਾ ਚਲੋ ਪੈਸਾ ਵਾਪਸ ਕਰਵਾ ਲਈਏ ਆਪਣਾ, ਵੀ ਜਦੋਂ ਲੌਕਡਾਊਨ ਖੁੱਲ੍ਹੇਗਾ ਉਦੋਂ ਦੇਖਾਂਗੇ, ਤੇ ਮੈਂ ਪੈਸਾ ਸਾਰਾ ਵਾਪਸ ਕਰਵਾ ਲਿਆ ਜੀ। ਉਸ ਤੋਂ ਬਾਅਦ ਕੀ ਕੀਤਾ ਜੀ, ਉਹ ਕੁੜੀ ਨੇ ਸਾਡੇ ਘਰੇ ਆ ਕੇ ਜਾਂ ਤੇ ਮਾਂ ਪਿਓ ਸਾਰਿਆਂ ਨੂੰ ਬੁਲਾ ਕੇ ਲੈ ਪਾ ਗਏ ਜੀ, ਤੇ ਉਸ ਤੋਂ ਬਾਅਦ ਅਸੀਂ ਲੈਣ ਗਏ, ਕਹਿੰਦੇ ਇਸ ਤਾਂ ਕੁੜੀ ਤੋਰ ਦੇਣੀ, ਸਾਡਾ ਤਲਾਕ ਹੈ ਜੀ, ਤੇ ਪੈਸੇ ਤਾਂ ਕਹਿੰਦੇ ਅਸੀਂ ਦਿੰਦੇ ਨਹੀਂ ਵੀ, ਜਿੱਥੇ ਮਰਜ਼ੀ ਕੋਰਟ ਕਚਹਿਰੀ ਨਿਬੇੜ ਲਓ, ਬਹਿ ਕੇ ਨਿਬੇੜ ਲਓ। ਕਿੰਨੇ ਪੈਸੇ ਸੀ? 12 ਲੱਖ ਰੁਪਇਆ ਸਾਡਾ ਜਿਹੜਾ ਭੇਜਿਆ ਸੀ ਅਸੀਂ ਬਾਹਰੋਂ 13। ਕਿਤੇ ਸੁਣਵਾਈ ਹੋਈ? ਕਿਤੇ ਨਹੀਂ ਸੁਣਵਾਈ ਹੋਈ ਬਾਈ ਸਾਡੀ, ਠੀਕ ਹੈ ਨਾ, ਜਾਂਦੇ ਆ ਕੋਰਟਾਂ 'ਚ। ਮੈਡਮ ਮਨੀਸ਼ਾ ਗੁਲਾਟੀ ਦੇ ਆਸ ਹੈ? ਦੇਖਦੇ ਹਾਂ, ਪੂਰੀ ਆਸ ਆਸ ਕਰਕੇ ਆਏ ਜੀ। ਹਾਂ ਹਾਂਜੀ ਬਾਈ, ਸਾਰੇ ਸਬੂਤ ਲਈ ਆਹ ਦੇਖੋ, ਵਟਸਐਪ ਦੀਆਂ ਚੈਟਾਂ ਚੁੱਟਾਂ ਕਢਾਈ ਫਿਰਦੇ ਆ ਬਾਈ ਲੋਕ। ਬੁਰਾ ਹਾਲ ਆ, ਬਚੋ ਬਾਈ, ਇੱਥੇ ਕੰਮ ਕਰ ਲੋ ਜਿਹੜਾ ਕਰਨਾ, ਜੇ ਜਾਣਾ ਆਈ ਆਪ ਕਰ ਲਿਆ ਕਰੋ ਆਈਲੈਟਸ, ਚਾਹੇ 2 ਵਾਰੀ 3 ਵਾਰੀ ਕਰੋ ਤਾਂ ਸਾਲੇ ਨੰਬਰ ਆਉਣਗੇ ਹੀ। ਐਵੇਂ ਕਿਸੇ ਦਾ ਵਿਸ਼ਵਾਸ ਨਾ ਕਰਿਆ ਕਰੋ ਬਾਈ, ਉੱਥੇ ਜਾ ਕੇ ਇਹਨਾਂ ਨੂੰ ਹਵਾ ਲੱਗ ਜਾਂਦੀ ਹੈ, ਮਾਹੌਲ ਹੋਰ ਬਣ ਜਾਂਦਾ ਉੱਥੇ। ਇੱਥੇ ਤਾਂ ਆਪਾਂ ਘਰੋਂ ਨਹੀਂ ਬਾਹਰ ਨਿਕਲ ਦਿੰਦੇ, ਉੱਥੇ ਕੋਈ ਪਿੰਡ ਕਿਸੇ ਦਾ ਡਰ ਨਹੀਂ, ਡੁੱਕਣ ਨਹੀਂ, ਨਜ਼ਾਰੇ ਲੈਂਦੀਆਂ ਬਾਈ। ਤੂੰ ਵੀ ਬਾਈ ਪੀੜਤ ਹੈ? ਕਿਹੜਾ ਪਿੰਡ ਹੈ? ਬਰਨਾਲਾ ਪਿੰਡ ਹੈ ਜੀ, ਸਜੀਪੁਰਾ ਕੋਠੀ। ਕਿੱਥੇ ਪਿਆ ਸੀ? ਧਨੌਲੇ ਪਿਆ ਸੀ, ਰਜਿੰਦਰਪੁਰਾ ਕੋਠੇ ਦੇ ਵਿੱਚ। ਅੱਛਾ, ਸਾਰੇ ਪੈਸੇ ਤੁਸੀਂ ਲਾਏ ਸੀ? ਸਾਰੇ ਪੈਸੇ 65 ਲੱਖ ਰੁਪਇਆ ਬਾਈ ਲਾਇਆ ਸੀ। ਇੰਨੇ ਕਿਵੇਂ ਲਾ ਕਿਤੇ? 22 ਲੱਖ ਰੁਪਇਆ ਮੈਂ ਵਿਆਹ ਤੇ ਲਾਇਆ। ਵਿਆਹ ਤਾਂ ਸਾਦਾ ਕਰਾਲੇ ਦਾ ਪ੍ਰਾਹੁਣਿਆ ਬਸ। ਨਹੀਂ ਯਾਰ, ਤੇਰਾ ਤਾਂ ਕੰਮ ਭਰਾਵਾ ਚੱਕਵਾਂ ਸੀ। ਆਹ ਦੇਖੋ ਬਾਈ, 22-22 ਲੱਖ ਵਿਆਹ ਤੇ ਲਾ ਕੇ ਬਚਾਂਗੇ ਕਿੱਥੋਂ ਯਾਰ ਅਸੀਂ? ਹੋ ਸਕਦਾ ਜਦ ਤੂੰ ਘਰੋਂ ਸੌਖਾ ਹੋਵੇ ਉਹ ਗੱਲ ਕਰਦਾ। ਖੂਹ ਚ ਗਏ? ਚਲੋ ਬਾਈ, ਸਾਰੇ ਜਣੇ ਇਕੱਠੇ ਹੋਏ ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰ ਲਈਏ।